ਰੱਬ ਦੀ ਪਾਟਸ਼ਾਲਾ 22ਵਾਂ ਅੰਕ ਆਲੇਖ ਅਤੇ ਪੇਸ਼ਕਾਰੀ ਪ੍ਰੋਫੈਸਰ ਡਾਕਟਰ ਅਸ਼ੁਨੀ ਪੱਲਾ ਦੋਸਤੋ ਮਨੁੱਖ ਨੂੰ ਡਰ ਉਹਦੋਂ ਲੱਗਦਾ ਹੈ ਜਦੋਂ ਆਪਣੇ ਮਨ ਤੇ ਸਰੀਰ ਤੋਂ ਹਾਰ ਜਾਂਦਾ ਹੈ ਅਤੇ ਉਸ ਦੀਆਂ ਇੰਦਰੀਆਂ ਉਸ ਤੇ ਵਸ ਵਿੱਚ ਨਹੀਂ ਰਹਿੰਦੀਆਂ ਇਸ ਡਰ ਨੂੰ ਖਤਮ ਕਰਨ ਲਈ ਉਹ ਬਹੁਤੀ ਵਾਰ ਬਾਹਰੀ ਵਸਤੂਆਂ ਦੀ ਉਸਤਤ ਦੇ ਟੰਗ ਬਣਾਉਂਦਾ ਹੈ ਜੋ ਉਸ ਦੇ ਡਰ ਨੂੰ ਖਤਮ ਕਰਨ ਦੀ ਬਜਾਏ ਉਸ ਵਿੱਚ ਹੋਰ ਵਾਧਾ ਕਰ ਦਿੰਦੇ ਹਨ ਜਦੋਂ ਤੁਹਾਡੇ ਦਿਮਾਗ ਅਤੇ ਸਰੀਰ ਤੇ ਤੁਹਾਡਾ ਕੰਟਰੋਲ ਸਮਾਪਤ ਹੋ ਜਾਂਦਾ ਹੈ ਤਾਂ ਤੁਹਾਡਾ ਮਨ ਅਤੇ ਸਰੀਰ ਇੱਕ ਕੂੜੇਦਾਨ ਵਾਂਗ ਵਿਚਰਨ ਲੱਗ ਜਾਂਦੇ ਹਨ ਜਿਸ ਦੀ ਨਿਯਮਤ ਜਾਂ ਰੈਗੂਲਰ ਸਫਾਈ ਨਾ ਹੋਣ ਤੇ ਉਸ ਵਿੱਚ ਬਦਬੂ ਆਉਣ ਲੱਗ ਜਾਂਦੀ ਹੈ ਕਿਸੇ ਨੇ ਬਹੁਤ ਖੂਬਸੂਰਤ ਬਖਾਨ ਕੀਤਾ ਹੈ ਕਿ ਤੁਹਾਡਾ ਸਰੀਰ ਇੱਕ ਮੰਦਰ ਵਾਂਗ ਹੈ ਅਤੇ ਇਸ ਨੂੰ ਪੂਜਾ ਕਰਦੀ ਤਰ੍ਹਾਂ ਟ੍ਰੀਟ ਕਰੋ ਜਿਸ ਵਿੱਚ ਰੱਬ ਭਾਵ ਸਾਤਵਿਕ ਅਤੇ ਸ਼ੁੱਧ ਵਿਚਾਰਾਂ ਦਾ ਆਦਾਨ ਪ੍ਰਦਾਨ ਹੋਣਾ ਚਾਹੀਦਾ ਹੈ ਪਰ ਅਸੀਂ ਰੱਬ ਨੂੰ ਬਾਹਰੋਂ ਕਿਸੇ ਦੇਵੀ ਸ਼ਕਤੀ ਦੇ ਰੂਪ ਵਿੱਚ ਲੱਭਣ ਦਾ ਯਤਨ ਕਰਦੇ ਰਹਿੰਨੇ ਹਾਂ ਪਰ ਆਪਣੇ ਸਰੂਰੂਪੀ ਮੰਦਰ ਨੂੰ ਟਟੋਲਣ ਦਾ ਯਤਨ ਹੀ ਨਹੀਂ ਕਰਦੇ ਜਦੋਂ ਕਿ ਤੁਹਾਡੀ ਸ਼ਕਤੀ ਤੁਹਾਡੇ ਅੰਦਰ ਹੀ ਹੁੰਦੀ ਹੈ ਬਹੁਤੀ ਵਾਰ ਅਸੀਂ ਸਵੇਰ ਤੋਂ ਸ਼ਾਮ ਤੱਕ ਸਰੀਰ ਨੂੰ ਕੂੜੇਦਾਨ ਦੀ ਤਰ੍ਹਾਂ ਪ੍ਰਯੋਗ ਵਿੱਚ ਲਿਆਉਂਦੇ ਰਹਿੰਦੇ ਹਾਂ ਅਤੇ ਉਸ ਦੀਆਂ ਲੋੜਾਂ ਦੇ ਉਲਟ ਉਸ ਵਿੱਚ ਬਿਨਾਂ ਸੋਚ ਪ੍ਰਵਾਹ ਦੇ ਉਸ ਵਿੱਚ ਠੂਸੀ ਜਾਂਦੇ ਹਾਂ ਜਿਸ ਨਾਲ ਵਿਕਾਰ ਪੈਦਾ ਹੋਣੇ ਸ਼ੁਰੂ ਹੋ ਜਾਂਦੇ ਹਨ ਤੇ ਸ਼ੁਰੂ ਹੋ ਜਾਂਦਾ ਹੈ ਵਾਇਰਸ ਦਾ ਕੂ ਚੱਕਰ ਜਿਸ ਦੇ ਲਈ ਫਿਰ ਕੋਈ ਐਂਟੀਵਾਇਰਸ ਵੈਕਸੀਨ ਬਣੀ ਹੀ ਨਹੀਂ ਸਾਨੂੰ ਇਹ ਤਾਂ ਪਲੀਪਾਂਤ ਪਤਾ ਹੈ ਕਿ ਸਾਡੇ ਕੰਪਿਊਟਰ ਦੇ ਡੈਸਕਟਾਪ ਤੇ ਅਗਰ ਫਾਈਲਾਂ ਦਾ ਜਮਾਵੜਾ ਜ਼ਿਆਦਾ ਹੋ ਜਾਵੇ ਤਾਂ ਕੰਪਿਊਟਰ ਹੈਂਗ ਹੋਣਾ ਸ਼ੁਰੂ ਹੋ ਜਾਂਦਾ ਹੈ ਪਰ ਦਿਮਾਗ ਤੇ ਸਰੀਰ ਰੂਪੀ ਕੰਪਿਊਟਰ ਦੇ ਡੈਸਕਟਾਪ ਤੇ ਜੰਮੀ ਗਰਦ ਨੂੰ ਸਾਫ਼ ਕਰਨ ਦੇ ਸਾਡੇ ਯਤਨ ਮਨਫੀ ਹੀ ਹੁੰਦੇ ਹਨ ਅਸੀਂ ਬਾਹਰੀ ਕਾਇਆ ਨੂੰ ਸਵਾਰਨ ਚ ਲੱਗੇ ਰਹਿੰਦੇ ਹਾਂ ਪਰੰਤੂ ਅੰਦਰੋਂ ਕ੍ਰੂਪਤਾ ਵੱਧਦੀ ਜਾਂਦੀ ਹੈ ਜਿਸ ਦਾ ਅਹਿਸਾਸ ਸਾਨੂੰ ਹੁੰਦਾ ਹੈ ਪਰ ਯਤਨ ਨਹੀਂ ਹੁੰਦੇ ਦਰਅਸਲ ਸਾਡੀ ਨਵੀਂ ਪੀੜ੍ਹੀ ਜ਼ਿੰਦਗੀ ਦੇ ਅਰਥ ਕੱਢਣੇ ਭੁੱਲ ਗਈ ਹੈ। ਸੋਸ਼ਲ ਮੀਡੀਆ ਤੇ ਟੈਕਨੋਲੋਜੀ ਦੇ ਯੁੱਗ ਵਿੱਚ ਹੁਣ ਤਰਕ ਤੇ ਵਿਚਾਰ ਦਾ ਸਮਾਂ ਹੀ ਨਹੀਂ ਰਹਿ ਗਿਆ। ਜ਼ਿੰਦਗੀ ਦੀਆਂ ਬਾਤਾਂ ਸਮਝਾਉਣ ਵਾਲੇ ਬਜ਼ੁਰਗਾਂ ਕੋਲ ਬਹਿਣ ਦਾ ਸਾਡੇ ਕੋਲ ਸਮਾਂ ਹੀ ਨਹੀਂ। ਅਤੇ ਸਮਾਜਿਕ ਵਰਤਾਰੇ ਵਿੱਚ ਜ਼ਿੰਦਗੀ ਦੇ ਮਤਲਬ ਸਮਝਾਉਣ ਵਾਲੇ ਲੋਕ ਹੁਣ ਅਲੋਪ ਜਹੇ ਹੋ ਗਏ ਹਨ। ਅਸੀਂ ਹੁਣ ਟੈਕਨੋਲੋਜੀ ਦੇ ਮਦਾਰੀ ਬਣ ਕੇ ਰਹਿ ਗਏ ਹਾਂ। ਬਟਨ ਦਬ ਕੇ ਚੱਲਣ ਵਾਲੇ ਤੇ ਬੈਟਰੀ ਨਾਲ ਸੰਚਾਲਿਤ। ਕਦੇ-ਕਦੇ ਮੈਨੂੰ ਆਪਣੇ ਬਚਪਨ ਦੀਆਂ ਖੇਡਾਂ ਯਾਦ ਆਉਂਦੀਆਂ ਹਨ ਜੋ ਜ਼ਿੰਦਗੀ ਦੇ ਰਿਹੱਸ ਖੋਲਣ ਦੇ ਨਾਲ-ਨਾਲ ਦਿਮਾਗ ਦੀ ਸਫਾਈ ਦਾ ਕੰਮ ਵੀ ਕਰਿਆ ਕਰਦੇ ਸਨ ਮਦਾਰੀ ਦੀ ਡੁਗਡਕੀ ਸਪੇਰੇ ਦੀ ਬੀਨ ਬਾਸ ਤੇ ਟੰਗੇ ਖਡਾਉਣਿਆਂ ਵਾਲੇ ਦੀ ਹੇਕ ਮੇਰੇ ਜੋਾਕਾਂ ਨੂੰ ਅਜੂਬਾ ਜਿਹੀ ਲੱਗਦੀ ਹੈ ਮੇਰਾ ਬਚਪਨਤਾ ਇਹਨਾਂ ਦੀ ਗਲੀ ਵਿੱਚ ਆਉਣ ਦੀ ਉਡੀਕ ਵਿੱਚ ਪੱਪਾ ਪਾਰ ਰਹਿਦਾ ਸੀ ਮਦਾਰੀ ਜੋ ਆਪਣੀਆਂ ਮਸਖਰੀਆਂ ਨਾਲ ਖੇਡ-ਖੇਡ ਵਿੱਚ ਜ਼ਿੰਦਗੀ ਦੇ ਕਈ ਮਤਲਬ ਦੱਸ ਮਨੋਰੰਜਨ ਕਰ ਕਈ ਹੱਸਾਂ ਤੋਂ ਪਰਦਾ ਉਠਾਉਂਦਾ ਬਾਤਾਂ ਪਾਉਂਦਾ ਤੇ ਖੋਲ ਜਾਂਦਾ ਜ਼ਿੰਦਗੀ ਦੇ ਨਵੇਂ ਆयाम ਸਪੇਰੇ ਦੀ বীਣ ਮਨ ਨੂੰ ਪਾਉਂਦੀ ਸੱਪ ਤੇ ਨਿਓਲੇ ਦੇ ਰਿਸ਼ਤੇ ਨੂੰ ਸਮਝਾਉਂਦੀ ਮੇਰੇ ਮਨ ਦੇ ਡਰ ਡਰ ਨੂੰ ਬਾਹਰ ਕੱਢਦੀ ਬਾਸ ਤੇ ਟੰਗੇ ਖੜਾਉਣੇ ਸਿਰਜਣਾ ਦੀ ਰੋਜ਼ ਨਵੀਂ ਬਾਤ ਪਾਉਂਦੇ ਤੋਤਾ ਚਿੜੀ ਕਬੂਤਰ ਗੁਲੇਲ ਪਲਾਸਟਿਕ ਦੇ ਨਕਲੀ ਕੈਮਰੇ ਰੇਲ ਦਾ ਇੰਜਣ ਬੰਸਰੀ ਹਰੀਆਂ ਨੀਲੀਆਂ ਪੀੜੀਆਂ ਸੀਟੀਆਂ ਜ਼ਿੰਦਗੀ ਦੇ ਅਰਥ ਸਮਝਾਉਂਦੇ ਕਿਤਾਬਾਂ ਤੇ ਕਾਪੀਆਂ ਤੋਂ ਕਿਤੇ ਵੱਖ ਮੇਰੇ ਜਵਾਬ ਤਾਂ ਮੋਬਾਈਲ ਤੇ ਲੈਪਟਾਪ ਦੇ ਮਦਾਰੀ ਬਣ 21ਵੀਂ ਸਦੀ ਦੀ ਗੱਲ ਕਰਦੇ ਹਨ ਸੱਪ ਤੇ ਨਿਉਲੇ ਤੋਂ ਉਹਨਾਂ ਨੂੰ ਡਰ ਲੱਗਦਾ ਹੈ ਸਪੇਰੇ ਦੀ বীਣ ਖਡਾਉਣਿਆਂ ਵਾਲੇ ਦੀ ਹੇਕ ਸੁਣ ਲਈ ਉਹਨਾਂ ਦੇ ਕੰਨ ਬੋਲੇ ਹੋ ਚੁੱਕੇ ਹਨ ਜ਼ਿੰਦਗੀ ਦੀ ਜਾਚ ਸਿੱਖਣ ਲਈ ਉਹਨਾਂ ਕੋਲ ਸਮਾਂ ਨਹੀਂ ਪਰ ਮੈਂ ਜਦ ਤੱਕ ਹਾਂ ਆਪਣੇ ਅਤੀਤ ਦੇ ਹਨੇਰੇ ਵਿੱਚ ਇਹਨਾਂ ਨੂੰ ਜ਼ਰੂਰ ਸਾਹਮਣੇ ਰੱਖਾਂਗਾ ਖਬਰੇ ਕਿਦਰੇ ਪੁਹੇਖਦੀਆਂ ਤੰਦਾ ਜੁੜਨ ਲਈ ਇਹਨਾਂ ਦੀ ਲੋੜ ਪਵੇ ਹੁਣ ਮੇਰੇ ਡਰ ਦੀ ਫਿਲਾਸਫੀ ਵਿੱਚ ਵੀ ਤਬਦੀਲੀ ਆਈ ਹੈ ਅਤੇ ਆਪਣੇ ਡਰ ਦਾ ਕਾਰਨ ਵੀ ਮੈਂ ਖੁਦ ਹਾਂ ਤੇ ਮੁਦਈ ਵੀ ਖੁਦ ਹਾਂ ਮੈਨੂੰ ਹੁਣ ਪਹਾੜ ਦੀਆਂ ਉਚਾਈਆਂ ਤੋਂ ਡਰ ਨਹੀਂ ਲੱਗਦਾ ਮੈਨੂੰ ਡਰ ਲੱਗਦਾ ਹੈ ਜ਼ਮੀਨ ਤੇ ਰेंगਦੇ ਉਹਨਾਂ ਸਪੋਲਿਆਂ ਤੋਂ ਜੋ ਮੇਰੇ ਹੀ ਫੈਲائے ਜ਼ਹਿਰ ਤੋਂ ਫਨ ਫੈਲਾਈ بیٹھے ਹਨ ਮੈਨੂੰ ਹੁਣ ਤੂਫਾਨ ਚੋਂ ਉੱਠੇ ਵਾਵਰੋਲੇ ਤੋਂ ਡਰ ਨਹੀਂ ਲੱਗਦਾ ਮੈਨੂੰ ਡਰ ਲੱਗਦਾ ਹੈ ਉਸ ਸੈਕ ਦੀ ਚੁੱਪ ਤੋਂ ਜਿਸ ਨਾਲ ਮੇਰੀ ਜ਼ੁਬਾਨ ਹੁਣ ਬੋਲਣਾ ਭੁੱਲ ਗਈ ਹੈ ਮੈਨੂੰ ਹੁਣ ਹਨੇਰੇ ਤੋਂ ਡਰ ਨਹੀਂ ਲੱਗਦਾ ਮੈਨੂੰ ਡਰ ਲੱਗਦਾ ਹੈ ਉਸ ਚਮਕ ਦੀ ਰੌਸ਼ਨੀ ਤੋਂ ਜਿਸ ਨੇ ਮੇਰੀਆਂ ਕਾਲੀਆਂ ਅੱਖਾਂ ਅਗੇ ਚਿੱਟੇ ਦੀ ਪਰਛੜਾ ਦਿੱਤੀ ਹੈ ਮੈਨੂੰ ਹੁਣ ਚੱਲਦੇ ਫਿਰਦੇ ਇਨਸਾਨਾਂ ਤੋਂ ਡਰ ਨਹੀਂ ਲੱਗਦਾ ਮੈਨੂੰ ਡਰ ਲੱਗਦਾ ਹੈ ਚੌਂਕ 'ਚ ਖੜੋਤੇ ਉਸ ਬੁੱਤ ਤੋਂ ਜਿਸ ਦੀਆਂ ਖੜੋਤੀਆਂ ਅੱਖਾਂ ਦੇ ਸਵਾਲ ਮੇਰੇ ਜ਼ਹਿਨ ਨੂੰ ਸੌਂ ਨਹੀਂ ਦਿੰਦੇ ਮੈਨੂੰ ਹੁਣ ਬਿਰਧ ਹੋਣ ਤੋਂ ਡਰ ਨਹੀਂ ਲੱਗਦਾ ਮੈਨੂੰ ਡਰ ਲੱਗਦਾ ਹੈ ਤਿਲਕ ਦੀ ਜਵਾਨੀ ਤੋਂ ਜਿਸ ਦੇ ਲੜਖੜਾਉਂਦੇ ਪੈਰ ਮੈਨੂੰ ਖੂਚ ਡਬਾਉਣ ਲਈ ਯਤਨਸ਼ੀਲ ਹਨ ਮੈਨੂੰ ਹੁਣ ਦੁਸ਼ ਹੁਣ ਮੈਨੂੰ ਹੁਣ ਸ਼ਮਸ਼ਾਨਾਂ ਚ ਬਰਦੇ ਸਿਵਿਆਂ ਤੋਂ ਡਰ ਨਹੀਂ ਲੱਗਦਾ ਮੈਨੂੰ ਡਰ ਲੱਗਦਾ ਹੈ ਉਹਨਾਂ ਅਖੌਤੀ ਧਰਮ ਸਥਾਨਾਂ ਤੋਂ ਜਿੱਥੇ ਇਨਸਾਨੀ ਲਹੂ ਨੂੰ ਬਾਲ ਦੇਣ ਦੀ ਵਿਉਂਤ ਬੰਦੀ ਹੋ ਰਹੀ ਹੈ ਮੈਨੂੰ ਹੁਣ ਪੰਜ ਦਰਿਆਵਾਂ ਦੇ ਉਫਾਨ ਤੋਂ ਡਰ ਨਹੀਂ ਲੱਗਦਾ ਮੈਨੂੰ ਡਰ ਲੱਗਦਾ ਹੈ ਉਸ ਛੇਵੇਂ ਦਰਿਆ ਤੋਂ ਜਿਸ ਦੇ ਸੈਖ ਦੇ ਸੈਖ ਦੇ ਵਹਾਅ ਨੇ ਮੇਰੀ ਨਸ ਨਸ ਨੂੰ ਤੋੜ ਕੇ ਰੱਖ ਦਿੱਤਾ ਹੈ ਮੈਨੂੰ ਹੁਣ ਸਰਹੱਦ ਪਾਰ ਬੈਠੇ ਦੁਸ਼ਮਣਾਂ ਤੋਂ ਡਰ ਨਹੀਂ ਲੱਗਦਾ ਮੈਨੂੰ ਡਰ ਲੱਗਦਾ ਹੈ ਮੇਰੇ ਹੀ ਵਿੜੇ ਚ ਬੈਠੇ ਆਪਣੇਆਂ ਤੋਂ ਜੋ ਮੇਰੇ ਹਿੱਸਾਂ ਨੂੰ ਕੁੱਟਣ ਲਈ ਕਾਤ ਲਗਾਈ ਬੈਠੇ ਹਨ ਮੈਨੂੰ ਹੁਣ ਇਨਸਾਨੀ ਹੱਕਾਂ ਦਾ ਕਾਣ ਕਰੀ ਬੈਠੇ ਸਿਆਸੀ ਨਿਜ਼ਾਮ ਤੋਂ ਡਰ ਨਹੀਂ ਲੱਗਦਾ ਮੈਨੂੰ ਡਰ ਲੱਗਦਾ ਹੈ ਉਸ ਲੋਕਤੰਤਰ ਤੋਂ ਜਿੱਥੇ ਲੋਕ ਆਪਣੇ ਹਕੂਕ ਦਾ ਸੌਦਾ ਸਵਾਰਥ ਨਾਲ ਕਦੋਂ ਦਾ ਕਰੀ ਬੈਠੇ ਹਨ ਮੈਨੂੰ ਹੁਣ ਕਿਸੇ ਦੂਸਰੇ ਤੋਂ ਡਰ ਨਹੀਂ ਲੱਗਦਾ ਮੈਨੂੰ ਡਰ ਲੱਗਦਾ ਹੈ ਆਪਣੇ ਆਪ ਤੋਂ ਜੋ ਮੇਰੇ ਹਿਜਰੇ ਤੇ ਕਈ ਮਖੌਟੇ ਚੜਾਈ ਮੇਰੀ ਸ਼ਕਲ ਨੂੰ ਡਰਾਉਣਾ ਬਣਾ ਰਹੇ ਹਨ ਸ਼ਾਇਦ ਇਹ ਪਾਤਸ਼ਾਹਲਾ ਇਸ ਡਰ ਦੇ ਖਾਤਮੇ ਲਈ ਕੋਈ ਵਸੀਲਾ ਕਰੇ ਸ਼ਾਲਾ ਇਹ ਪਾਤਸ਼ਾਹਲਾ ਇਸ ਡਰ ਦੇ ਖਾਤਮੇ ਲਈ ਜ਼ਰੂਰ ਕੋਈ ਨਾ ਕੋਈ ਵਸੀਲਾ ਕਰੇਗੀ ਆਮੀਨ ਬਹੁਤ ਬਹੁਤ